ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ, ਇੱਕ ਵਾਰ ਫਿਰ ਤੋਂ ਆਓ ਗੁਰਬਾਣੀ ਸਿੱਖੀਏ। ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪ ਸਮੂਹ ਸਿੱਖ ਸੰਗਤਾਂ ਦਾ ਤਹਿ ਦਿਲੋਂ ਸਵਾਗਤ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਧ ਸੰਗਤ, ਜਿਸ ਮਹੱਤਵਪੂਰਨ ਵਿਸ਼ੇ ਦੇ ਸੰਬੰਧ ਵਿੱਚ ਮੈਂ ਆਪ ਸਮੂਹ ਸੰਗਤ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਿਹਾ, ਅੱਜ ਦਾ ਵਿਸ਼ਾ ਇਹ ਹੈ, ਇਹਨੂੰ ਸੁਣੋ ਧਿਆਨ ਨਾਲ ਜੀ। ਸਾਧ ਸੰਗਤ, ਤੁਸੀਂ ਅਕਸਰ ਦੇਖਿਆ ਹੋਵੇਗਾ ਜ਼ਿਆਦਾਤਰ ਬਾਬਿਆਂ ਦੇ ਡੇਰਿਆਂ ਦੇ ਵਿੱਚ, ਹਾਂਜੀ ਬਾਬਿਆਂ ਦੇ ਡੇਰਿਆਂ ਵਿੱਚ, ਚਾਹੇ ਉਹ ਬਾਬਿਆਂ ਦੇ ਡੇਰੇ ਇਸ ਪੰਜਾਬ ਵਿੱਚ ਆ ਜੀ, ਅਤੇ ਚਾਹੇ ਪੰਜਾਬ ਤੋਂ ਬਾਹਰ ਆ ਜੀ, ਜਾਂ ਫਿਰ ਕਿਤੇ ਕਿਤੇ ਪਿੰਡਾਂ ਵਿੱਚ, ਕਿਤੇ ਕਿਤੇ ਸ਼ਹਿਰਾਂ ਵਿੱਚ ਤੁਸੀਂ ਦੇਖਿਆ ਹੋਵੇਗਾ ਵੀ ਜਦੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਅਖੰਡ ਪਾਠ ਪ੍ਰਕਾਸ਼ ਕੀਤਾ ਜਾਂਦਾ ਵਾ ਜੀ, ਇੱਕ ਤਰਫ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਖੰਡ ਪਾਠ ਪ੍ਰਕਾਸ਼ ਕੀਤਾ ਗਿਆ ਜੀ, ਠੀਕ ਹੈ ਜੀ, ਅਤੇ ਦੂਸਰੀ ਤਰਫ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਲਾਗੇ ਸਾਧ ਸੰਗਤ ਪੀੜ੍ਹੀ ਦੇ ਉੱਤੇ ਤੁਸੀਂ ਦੇਖਿਆ ਹੋਵੇਗਾ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਪੋਥੀ ਦੇ ਵਿੱਚੋਂ ਜਪਜੀ ਸਾਹਿਬ ਦੇ ਪਾਠਾਂ ਦੀ ਜਿਹੜੀ ਲੜੀ ਹੈ ਉਹ ਵੀ ਨਾਲੋਂ ਨਾਲ ਜਿਹੜੀ ਆ ਤੋਰੀ ਜਾਂਦੀ ਆ। ਇੱਕ ਪਾਸੇ ਅਖੰਡ ਪਾਠ ਚੱਲ ਰਹੀ ਹੈ, ਦੂਸਰੇ ਪਾਸੇ ਜਪਜੀ ਸਾਹਿਬ ਦੇ ਪਾਠਾਂ ਦੀ ਲੜੀ ਚੱਲ ਰਹੀ ਹੈ, ਜਿਵੇਂ ਅਖੰਡ ਪਾਠ ਨੂੰ ਕਰਨ ਵਾਲੇ 5 ਜਾਂ 6 ਪਾਠੀ ਲਗਾਏ ਜਾਂਦੇ ਆ, ਇਸੇ ਤਰ੍ਹਾਂ ਜਪਜੀ ਸਾਹਿਬ ਦੇ ਪਾਠਾਂ ਦੀ ਲੜੀ ਨੂੰ ਵੀ ਨਾਲੋਂ ਨਾਲ ਜਾਰੀ ਰੱਖਣ ਵਾਸਤੇ 5-6 ਪਾਠੀ ਜਿਹੜੇ ਆ ਉਹ ਨਿਰੰਤਰ ਲਗਾਤਾਰ ਲਗਾਏ ਜਾਂਦੇ ਆ। ਤੋ ਸਾਧ ਸੰਗਤ, ਅੱਜ ਮੈਂ ਇਸੇ ਸੰਬੰਧ ਵਿੱਚ ਆਪ ਸਮੂਹ ਸੰਗਤ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਹਾਂ, ਇਹਨੂੰ ਸੁਣੋ ਧਿਆਨ ਨਾਲ ਵੀ ਕੀ ਸਾਨੂੰ ਅਜਿਹਾ ਕਰਨਾ ਚਾਹੀਦਾ ਹੈ ਜਾਂ ਨਹੀਂ, ਵੀ ਕੀ ਅਖੰਡ ਪਾਠ ਸਾਹਿਬ ਦੇ ਬਿਲਕੁਲ ਲਾਗੇ ਜਪਜੀ ਸਾਹਿਬ ਦੇ ਪਾਠਾਂ ਦੀ ਜਿਹੜੀ ਲੜੀ ਹੈ ਉਹ ਆਰੰਭ ਕਰਨੀ ਚਾਹੀਦੀ ਹੈ ਜਾਂ ਨਹੀਂ, ਕੀ ਇਹ ਗੁਰਮਤ ਹੈ ਜਾਂ ਮਨਮਤ ਹੈ। ਅੱਜ ਇਸ ਸੰਬੰਧ ਵਿੱਚ ਮੈਂ ਆਪ ਸਮੂਹ ਸੰਗਤ ਨਾਲ ਵਿਚਾਰ ਸਾਂਝੇ ਕਰਨ ਜਾ ਰਿਹਾ ਜੀ। ਤੋ ਅੱਜ ਦੇ ਇਸ ਵਿਸ਼ੇ ਦੇ ਸੰਦਰਭ ਵਿੱਚ ਸਾਧ ਸੰਗਤ, ਸਭ ਤੋਂ ਪਹਿਲਾਂ ਮੈਂ ਆਪ ਸਮੂਹ ਸੰਗਤ ਨਾਲ ਇਹ ਬੇਨਤੀ ਸਾਂਝੀ ਕਰਨਾ ਚਾਹਾਂਗਾ, ਇਹਨੂੰ ਸੁਣੋ ਧਿਆਨ ਨਾਲ ਜੀ। ਸਾਧ ਸੰਗਤ, ਹਾਲਾਂਕਿ ਇਹ ਗੱਲ ਯਾਦ ਰੱਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅੰਮ੍ਰਿਤਮਈ ਬਾਣੀ ਨੂੰ ਜਿੰਨਾ ਵੀ ਵੱਧ ਤੋਂ ਵੱਧ ਅਸੀਂ ਪੜ੍ਹ ਲਈਏ, ਮਹਾਰਾਜ ਦੀ ਬਾਣੀ ਨੂੰ ਜਿੰਨਾ ਵੀ ਵੱਧ ਤੋਂ ਵੱਧ ਅਸੀਂ ਵਿਚਾਰ ਲਈਏ, ਜਿੰਨਾ ਵੀ ਵੱਧ ਤੋਂ ਵੱਧ ਅਸੀਂ ਮਹਾਰਾਜ ਦੀ ਬਾਣੀ ਨੂੰ ਸਮਝ ਲਈਏ, ਉਤਨਾ ਹੀ ਲਾਭਦਾਇਕ ਆ, ਉਤਨਾ ਹੀ ਚੰਗਾ ਹੈ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ। ਪਰ ਜਦੋਂ ਸਾਧ ਸੰਗਤ ਇਸ ਗੱਲ ਨੂੰ ਅਸੀਂ ਯਾਦ ਰੱਖੀਏ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕਰਨ ਦੀ, ਤਾਂ ਮੈਂ ਹਮੇਸ਼ਾ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਚਾਹੇ ਅਸੀਂ ਅਖੰਡ ਪਾਠ ਰਖਾਈਏ, ਚਾਹੇ ਅਸੀਂ ਸਹਿਜ ਪਾਠ ਕਰੀਏ, ਅਖੰਡ ਪਾਠ ਪ੍ਰਕਾਸ਼ ਕਰਨ ਦੀ ਵੀ ਇੱਕ ਮਰਿਆਦਾ ਵਾ ਜੀ, ਸਹਿਜ ਪਾਠ ਪ੍ਰਕਾਸ਼ ਕਰਨ ਦੀ ਵੀ ਇੱਕ ਮਰਿਆਦਾ ਹੈ, ਅਤੇ ਇਸ ਮਰਿਆਦਾ ਦਾ ਨਾਮ ਹੈ ਸਿੱਖ ਰਹਿਤ ਮਰਿਆਦਾ। ਕਿਉਂਕਿ ਗੁਰਮਤ ਦਾ ਸਾਧ ਸੰਗਤ ਇਹ ਗੱਲ ਯਾਦ ਰੱਖੋ ਇੱਕ ਵਿਧਾਨ ਹੈ, ਗੁਰਮਤ ਦੀ ਇੱਕ ਮਰਿਆਦਾ ਹੈ, ਅਤੇ ਅਖੰਡ ਪਾਠ ਜਾਂ ਸਹਿਜ ਪਾਠ ਗੁਰਮਤ ਦੇ ਉਸ ਵਿਧਾਨ, ਗੁਰਮਤ ਦੀ ਉਸ ਮਰਿਆਦਾ ਦੇ ਅੰਤਰਗਤ ਹੀ ਜਿਹੜਾ ਹੈ ਪ੍ਰਕਾਸ਼ ਕੀਤਾ ਜਾ ਸਕਦਾ ਹੈ। ਤੋ ਸਾਧ ਸੰਗਤ, ਜਦੋਂ ਅਖੰਡ ਪਾਠ ਪ੍ਰਕਾਸ਼ ਕੀਤਾ ਜਾਂਦਾ ਵਾ, ਅਖੰਡ ਪਾਠ ਨੂੰ ਪ੍ਰਕਾਸ਼ ਕਰਨ ਦੀ ਇੱਕ ਮਰਿਆਦਾ ਵਾ, ਅੱਜ ਮੈਂ ਆਪ ਸਮੂਹ ਸੰਗਤ ਦੇ ਨਾਲ ਅਖੰਡ ਪਾਠ ਨੂੰ ਪ੍ਰਕਾਸ਼ ਕਰਨ ਦੀ ਕੀ ਮਰਿਆਦਾ ਹੋਣੀ ਚਾਹੀਦੀ ਅਤੇ ਕੀ ਮਰਿਆਦਾ ਜਿਹੜੀ ਆ ਉਹ ਨਿਸ਼ਚਿਤ ਕੀਤੀ ਗਈ ਆ, ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਿਹਾ, ਇਹਨੂੰ ਸੁਣੋ ਧਿਆਨ ਨਾਲ ਜੀ। ਸਾਧ ਸੰਗਤ, ਤੁਸੀਂ ਆਹ ਦੇਖ ਸਕਦੇ ਹੋ ਵੀ ਮੇਰੇ ਹੱਥ ਦੇ ਵਿੱਚ ਆਹ ਸਿੱਖ ਰਹਿਤ ਮਰਿਆਦਾ ਦੀ ਕੋਪੀ ਆ, ਅਤੇ ਮੈਂ ਅਕਸਰ ਹੀ ਜਦੋਂ ਵੀ ਸਹਿਜ ਪਾਠ ਸੰਬੰਧੀ, ਅਖੰਡ ਪਾਠ ਸੰਬੰਧੀ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ
ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨੀ ਹੁੰਦੀ ਆ ਤਾਂ ਇਸ ਸਿੱਖ ਰਹਿਤ ਮਰਿਆਦਾ ਦੀ ਕਾਪੀ ਦੇ ਵਿੱਚੋਂ ਹੀ ਜ਼ਿਆਦਾਤਰ ਜਿਹੜੀ ਜਾਣਕਾਰੀ ਆ ਉਹ ਮੈਂ ਸੰਗਤ ਦੇ ਨਾਲ ਸ਼ੇਅਰ ਕਰਦਾ ਹੁੰਦਾ, ਸਾਂਝੀ ਕਰਦਾ ਹੁੰਦਾ, ਕਿਉਂਕਿ ਇਹ ਸਿੱਖ ਰਹਿਤ ਮਰਿਆਦਾ ਕੋਈ ਆਮ ਮਰਿਆਦਾ ਨਹੀਂ, ਗੱਲ ਯਾਦ ਰੱਖੋ। ਹਾਲਾਂਕਿ ਅੱਜ ਅਸੀਂ ਦੇਖ ਸਕਦੇ ਹਾਂ ਡੇਰਿਆਂ ਦੇ ਵਿੱਚ ਜਿਹੜੀ ਹੈ ਉਹ ਆਪੋ ਆਪਣੀ ਜਿਹੜੀ ਆ ਮਰਿਆਦਾ ਬਣਾਈ ਗਈ ਹੈ ਅਤੇ ਉਸ ਮਰਿਆਦਾ ਨੂੰ ਫੋਲੋ ਕੀਤਾ ਜਾ ਰਿਹਾ ਹੈ। ਪਰ ਇਹ ਜਿਹੜੀ ਸਿੱਖ ਰਹਿਤ ਮਰਿਆਦਾ ਵਾ ਜੀ, ਇਹ ਸ਼੍ਰੋਮਣੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਇਹ ਰਹਿਤ ਮਰਿਆਦਾ ਵਾ ਅਤੇ ਇਸ ਸਿੱਖ ਰਹਿਤ ਮਰਿਆਦਾ ਵਿੱਚ ਅਖੰਡ ਪਾਠ ਨੂੰ ਕਿਵੇਂ ਪ੍ਰਕਾਸ਼ ਕੀਤਾ ਜਾਣਾ ਚਾਹੀਦਾ ਹੈ, ਅਖੰਡ ਪਾਠ ਦੀ ਕੀ ਮਰਿਆਦਾ ਹੋਣੀ ਚਾਹੀਦੀ, ਸਹਿਜ ਪਾਠ ਦੀ ਕੀ ਮਰਿਆਦਾ ਹੋਣੀ ਚਾਹੀਦੀ ਆ, ਸਾਫ਼ ਸਾਫ਼ ਅਤੇ ਸਪੱਸ਼ਟ ਵੇਰਵੇ ਸਹਿਤ ਸਾਧ ਸੰਗਤ ਲਿਖਿਆ ਹੋਇਆ ਹੈ। ਜਿਹੜੀਆਂ ਸਿੱਖ ਸੰਗਤਾਂ ਨੇ ਹਾਲੇ ਤੀਕਰ ਇਹ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਪੜ੍ਹਿਆ, ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਤਾਂ ਆ ਸਿੱਖ ਰਹਿਤ ਮਰਿਆਦਾ ਦੀ ਜਿਹੜੀ ਕਾਪੀ ਹੈ ਤੁਸੀਂ ਸਾਧ ਸੰਗਤ ਆਮ ਕਿਸੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਇਹ ਫ੍ਰੀ ਦੇ ਵਿੱਚ, ਬਿਲਕੁਲ ਫ੍ਰੀ ਆਫ ਕੋਸਟ ਜਿਹੜੀ ਹੈ ਇਹ ਮਰਿਆਦਾ ਦੀ ਕਾਪੀ ਜਿਹੜੀ ਆ ਉਹ ਪ੍ਰਾਪਤ ਕਰਕੇ ਇਹਨੂੰ ਪੜ੍ਹ ਸਕਦੇ ਹੋ। ਸਾਧ ਸੰਗਤ ਆ ਤੁਸੀਂ ਦੇਖ ਸਕਦੇ ਹੋ ਇਸ ਸਿੱਖ ਰਹਿਤ ਮਰਿਆਦਾ ਦੀ ਕਾਪੀ ਦੇ 17 ਨੰਬਰ ਪੇਜ ਦੇ ਉੱਤੇ ਅਖੰਡ ਪਾਠ ਸਿਰਲੇਖ ਦੇ ਹੇਠ ਸਾਫ਼ ਸਾਫ਼ ਅਤੇ ਸਪੱਸ਼ਟ ਸਪੱਸ਼ਟ ਇਹ ਜਾਣਕਾਰੀ ਦਿੱਤੀ ਗਈ ਆ ਜੀ। ਇਹ ਸੁਣੋ, ਇਹਨੂੰ ਧਿਆਨ ਨਾਲ ਮੈਂ ਪੜ੍ਹ ਕੇ ਆਪ ਜੀ ਨੂੰ ਸੁਣਾਉਣਾ ਵਾ ਜੀ। ਇੱਥੇ ਲਿਖਿਆ ਹੋਇਆ ਵਾ ਜੀ, ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ, ਹੋਰ ਕਿਸੇ ਤਰ੍ਹਾਂ ਦੇ ਪਾਠ ਤੋਂ ਭਾਵ ਆ ਜੀ ਸਹਿਜ ਪਾਠ, ਹੋਰ ਕਿਸੇ ਤਰ੍ਹਾਂ ਦੇ ਪਾਠ ਤੋਂ ਭਾਵ ਇਹ ਨਹੀਂ ਵੀ ਕੋਈ ਸੰਪੜ ਪਾਠ ਜਾਂ ਇਕੋਤਰੀ ਪਾਠ ਜਾਂ ਤੁਕ ਤੁਕ ਵਾਲੇ ਪਾਠ, ਅਜਿਹੇ ਕੋਈ ਪਾਠ ਨਹੀਂ ਹੁੰਦੇ ਜੀ। ਇਹ ਗੱਲ ਯਾਦ ਰੱਖੋ, ਜਾਂ ਤਾਂ ਸਾਧ ਸੰਗਤ ਅਖੰਡ ਪਾਠ ਰੱਖਿਆ ਜਾਂਦਾ ਹੈ ਜਾਂ ਫਿਰ ਸਹਿਜ ਪਾਠ ਕੀਤਾ ਜਾਂਦਾ ਵਾ। ਮੈਂ ਤਾਂ ਹਮੇਸ਼ਾ ਅਕਸਰ ਵੈਸੇ ਸੁਜੈਸਟ ਕਰਦਾ ਹੁੰਦਾ ਵਾਂ ਵੀ ਅਖੰਡ ਪਾਠ ਕਰਨ ਨਾਲੋਂ ਚੰਗਾ ਵਾ ਵੀ ਤੁਸੀਂ ਸਹਿਜ ਪਾਠ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਜਿੰਨਾ ਵੀ ਵੱਧ ਤੋਂ ਵੱਧ ਤੁਸੀਂ ਮਹਾਰਾਜ ਦੀ ਬਾਣੀ ਦਾ ਸਹਿਜ ਪਾਠ ਕਰ ਸਕਦੇ ਹੋ ਉਨਾ ਚੰਗਾ ਹੈ। ਤੁਸੀਂ ਆਨੰਦ ਕਾਰਜ ਦਾ, ਖੁਸ਼ੀ ਦਾ ਕੋਈ ਸਮਾਗਮ ਆਪਣੇ ਘਰ ਪਰਿਵਾਰ 'ਚ ਰੱਖਿਆ ਹੋਵੇ ਅਤੇ ਉਸ ਸੰਬੰਧ ਵਿੱਚ ਸਾਧਸੰਗ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕਰਾਓ। ਹਾਂ, ਕੋਈ ਪ੍ਰਾਣੀ ਚੜ੍ਹਾਈ ਕਰ ਗਿਆ ਉਹਦੇ ਨਿਮਿਤ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼ ਕਰਾਉਣਾ ਵਾ ਅਤੇ ਸਹਿਜ ਪਾਠ ਪ੍ਰਕਾਸ਼ ਕਰਾਓ। ਸੋ ਖੈਰ, ਸਹਿਜ ਪਾਠ ਕਰਨਾ ਚਾਹੀਦਾ ਵਾ ਜੀ। ਅਤੇ ਇੱਥੇ ਲਿਖਿਆ ਹੋਇਆ ਵਾ ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾ। ਇਹਦੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਪਹਿਲਾਂ ਵੀ ਸਾਧ ਸੰਗਤ ਵਿਸ਼ੇਸ਼ ਜਾਣਕਾਰੀ ਡਿਸਕਸ ਕਰ ਚੁੱਕਾ ਵਾਂ, ਸ਼ੇਅਰ ਕਰ ਚੁੱਕਾ ਵਾਂ ਵੀ ਕੁੰਭ ਰੱਖਣਾ ਚਾਹੀਦਾ ਹੈ ਜਾਂ ਨਹੀਂ, ਜੋਤ ਜਗਾਉਣੀ ਚਾਹੀਦੀ ਹੈ ਜਾਂ ਨਹੀਂ, ਨਲੀਏਰ ਨਾਰੀਅਲ ਰੱਖਣਾ ਚਾਹੀਦਾ ਜਾਂ ਨਹੀਂ। ਮੈਂ ਇੱਕ ਵਾਰ ਫਿਰ ਤੋਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਨਾ ਤਾਂ ਕੁੰਭ ਰੱਖਣਾ ਚਾਹੀਦਾ, ਨਾ ਜੋਤ ਰੱਖਣੀ ਚਾਹੀਦੀ, ਨਾ ਹੀ ਨਾਰੀਅਲ ਰੱਖਣਾ ਚਾਹੀਦਾ ਹੈ। ਫਿਰ ਅਗਲੀ ਗੱਲ ਸੁਣੋ ਜੀ, ਕੁੰਭ, ਜੋਤ, ਨਲੀਏਰ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿੱਚ ਵਿੱਚ, ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ। ਕੀ ਆ ਜੀ? ਇੱਥੇ ਲਿਖਿਆ ਹੋਇਆ ਜੀ ਮਨ ਮਤ ਹੈ, ਆ ਲਿਖਿਆ ਹੋਇਆ ਵਾ ਜੀ। ਇਹ ਮੈਂ ਆਪਣੇ ਕੋਲੋਂ ਨਹੀਂ ਸਾਧ ਸੰਗਤ ਕਹਿ ਰਿਹਾ, ਇਹ ਸਿੱਖ ਰਹਿਤ ਮਰਿਆਦਾ ਵਿੱਚ ਬਕਾਇਦਾ ਲਿਖਿਆ ਹੋਇਆ ਵਾ ਵੀ ਅਖੰਡ ਪਾਠ ਦੇ ਪਾਠ ਵੇਲੇ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨ ਮਤ ਹੈ। ਚਾਹੇ ਉਹ ਪਾਠ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ, ਚਾਹੇ ਉਹ ਪਾਠ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਦਾ ਹੈ, ਨਾਲ ਜਾਰੀ ਰੱਖਣਾ ਲੜੀਵਾਰ ਵਿੱਚ ਪਾਠੀ ਸਿੰਘਾਂ ਦਾ ਅਰੇਜ ਕਰਕੇ। ਇਹ ਕੀ ਹੈ ਜੀ? ਸਭ ਕੁਝ ਮਨ ਮਤ ਹੈ। ਅਤੇ ਜਿੱਥੇ ਵੀ ਸਾਧ ਸੰਗਤ ਇਸ ਢੰਗ ਤਰੀਕੇ ਦੇ ਨਾਲ ਅਖੰਡ ਪਾਠ ਦੇ ਪ੍ਰਕਾਸ਼ ਵੇਲੇ ਨਾਲੋਂ ਨਾਲ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਪੋਥੀ ਤੋਂ
ਜਪਜੀ ਸਾਹਿਬ ਦੇ ਪਾਠਾਂ ਦੀ ਲੜੀ ਪ੍ਰਕਾਸ਼ ਕੀਤੀ ਜਾਂਦੀ ਆ। ਇਹ ਸਭ ਕੁਝ ਮਨ ਮਤ ਹੈ। ਹੁਣ ਹੋ ਸਕਦਾ ਵਾ ਜੀ ਕਈ ਸੱਜਣ ਇਸ ਗੱਲ 'ਤੇ ਕਿੰਤੂ ਕਰਨ, ਇਸ ਗੱਲ 'ਤੇ ਸਵਾਲ ਪੁੱਟ ਕਰਨ ਵੀ ਦੇਖੋ ਜੀ ਜਪਜੀ ਸਾਹਿਬ ਦੀ ਪਾਵਨ ਬਾਣੀ ਵੀ ਤਾਂ ਬਾਣੀ ਆ ਜੀ। ਮੈਂ ਇਹੀ ਤਾਂ ਸਾਧ ਸੰਗਤ ਆਪ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹ ਰਿਹਾ ਹਾਂ ਵੀ ਜਦੋਂ ਦੇਖੋ ਤੁਸੀਂ ਇਹਨੂੰ ਸੁਣੋ ਜੀ, ਇਹਨੂੰ ਸਮਝੋ, ਸਾਧ ਸੰਗਤ ਆਪਣੇ ਦਿਮਾਗ ਦੇ ਰਾਹੀਂ ਇਸ ਗੱਲ ਨੂੰ ਵਿਚਾਰੋ। ਜਦੋਂ ਅਸੀਂ ਇੱਕ ਓਅੰਕਾਰ ਤੋਂ ਲੈ ਕੇ ਸਥਾਨਕ ਰੀਤੀ ਅਨੁਸਾਰ 18-10-20 ਤੱਕ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਅਖੰਡ ਪਾਠ ਦੇ ਰੂਪ ਵਿੱਚ ਪ੍ਰਕਾਸ਼ ਕਰਾ ਲਿਆ, ਅਖੰਡ ਪਾਠ ਦੇ ਰੂਪ ਵਿੱਚ ਉਹ ਬਾਣੀ ਪੜ੍ਹੀ ਜਾ ਰਹੀ ਆ, ਅਤੇ ਫਿਰ ਉਸ ਪੜ੍ਹੀ ਜਾ ਰਹੀ ਬਾਣੀ ਦੇ ਬਿਲਕੁਲ ਲਾਗੇ ਵਿਸ਼ੇਸ਼ ਕਰਕੇ ਸਾਧ ਸੰਗਤ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਪਾਠ ਦੀ ਲੜੀ ਚਲਾਉਣੀ, ਇਹ ਕੋਈ ਸਾਧ ਸੰਗਤ ਮਰਿਆਦਾ ਨਹੀਂ ਬਣਦੀ, ਇਹ ਕੋਈ ਮਤਲਬ ਨਹੀਂ ਬਣਦਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਆਲਰੈਡੀ ਜਿਹੜਾ ਹੈ ਸਭ ਤੋਂ ਪਹਿਲਾਂ ਉਹ ਕੀਤਾ ਜਾ ਚੁੱਕਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਹੀ ਸਾਧ ਸੰਗਤ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਪਾਠ ਦੇ ਨਾਲ ਹੁੰਦੀ ਹੈ। ਜਦੋਂ ਇੱਕ ਦਫਾ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਪੜ੍ਹਿਆ ਗਿਆ ਅਤੇ ਵਾਰ ਵਾਰ ਨਾਲ ਨਾਲ ਸੰਪਟ ਲਗਾ ਕੇ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਨਾ, ਇਹਦਾ ਕੋਈ ਮਤਲਬ ਨਹੀਂ ਬਣਦਾ, ਇਹ ਕੋਈ ਮਰਿਆਦਾ ਨਹੀਂ ਆ। ਅਤੇ ਮੈਂ ਸਿੱਧੇ ਅਤੇ ਸਾਫ ਜੇ ਸਾਧ ਸੰਗਤ ਲਫਜ਼ਾਂ ਦੇ ਵਿੱਚ ਆਪ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹਾਂਗਾ ਵੀ ਬਾਬਿਆਂ ਦੇ ਡੇਰਿਆਂ ਵਿੱਚ ਜੇ ਅਜਿਹੇ ਕਰਮ ਕੀਤੇ ਜਾਂਦੇ ਆ ਤਾਂ ਇਹ ਬਿਲਕੁਲ ਨਿਰੋਲ ਇੱਕ ਬਿਜ਼ਨਸ ਆ ਜੀ। ਇੱਕ ਤਰਫ ਤੋਂ ਅਖੰਡ ਪਾਠ ਦੇ ਬਹਾਨੇ 11,000, ਕਿਤੇ 5,100, ਕਿਤੇ 21,000, ਕਿਤੇ ਕਿਸੇ ਕੋਲੋਂ 31,000 ਮੌਕੇ ਦੇ ਅਨੁਸਾਰ ਇੱਕ ਤਰਫ ਤੋਂ ਭੇਟਾ ਪ੍ਰਾਪਤ ਕਰ ਲਈ, ਇੱਕ ਤਰਫ ਤੋਂ ਪੈਸੇ ਲੈ ਲਏ ਅਤੇ ਦੂਸਰੀ ਤਰਫ ਜਪਜੀ ਸਾਹਿਬ ਦੇ ਪਾਠ ਦੀ ਲੜੀ ਚਲਾ ਕੇ ਉਸ ਜਪਜੀ ਸਾਹਿਬ ਦੇ ਪਾਠਾਂ ਦੀ ਲੜੀ ਦੀ ਵੀ ਜਿਹੜੀ ਹੈ ਬਣਦੀ ਹੋਈ ਜਿਹੜੀ ਭੇਟਾ ਵਾ, ਕਿਤੇ ਉਹ 5,100, ਕਿਤੇ 11,000 ਦੇ ਰੂਪ ਵਿੱਚ ਉੱਧਰੋਂ ਵੀ ਪੈਸੇ ਜਿਹੜੇ ਆ ਉਹ ਹੇਡਲੇ ਜਾਂਦੇ ਆ। ਇਹ ਕੀ ਆ ਜੀ, ਇਹਨੂੰ ਸਮਝੋ, ਇਹਨੂੰ ਵਿਚਾਰੋ, ਇੱਕ ਬਹੁਤ ਵੱਡਾ ਇੱਕ ਬਿਜ਼ਨਸ ਟਾਈਪ ਜਿਹੜਾ ਕੰਮ ਚੱਲ ਰਿਹਾ ਵਾ, ਇਹਦੇ ਵਿੱਚ ਧਰਮ ਵਾਲੀ ਕੋਈ ਕਹਾਣੀ ਨਹੀਂ ਆ। ਸਿੱਖ ਰਹਿਤ ਮਰਿਆਦਾ ਵਿੱਚ ਇਹ ਗੱਲ ਲਿਖੀ ਹੋਈ ਆ ਬਿਲਕੁਲ ਸਾਫ ਅਤੇ ਸਪਸ਼ਟ ਲਫਜ਼ਾਂ ਦੇ ਵਿੱਚ। ਜੇ ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਚੱਲ ਰਿਹਾ ਵਾ ਤਾਂ ਅਖੰਡ ਪਾਠ ਹੀ ਚੱਲਣਾ ਚਾਹੀਦਾ। ਉਸ ਵੇਲੇ ਨਾਲ ਬਿਲਕੁਲ ਨਾ ਸੁਖਮਨੀ ਸਾਹਿਬ ਦਾ ਕੋਈ ਜਾਪ ਚੱਲੇ, ਨਾ ਜਪਜੀ ਸਾਹਿਬ ਦਾ ਕੋਈ ਜਾਪ ਚੱਲਣਾ ਚਾਹੀਦਾ ਹੈ। ਹਾਲਾਂਕਿ ਉਹ ਗੱਲ ਵੱਖਰੀ ਹੈ ਜੀ, ਤੁਸੀਂ ਆਪਣੇ ਨਿੱਜੀ ਤੌਰ 'ਤੇ ਘਰ ਦੇ ਵਿੱਚ ਜਪਜੀ ਸਾਹਿਬ ਦੇ ਪਾਠ ਕਰੋ, ਸੁਖਮਨੀ ਸਾਹਿਬ ਦੇ ਪਾਠ ਕਰੋ, ਜੀ ਸਦਕੇ ਵੈਲ ਐਂਡ ਗੁੱਡ ਹੈ। ਪਰ ਜੇ ਅਸੀਂ ਇਹ ਗੱਲ ਆਖੀ ਵੀ ਅਖੰਡ ਪਾਠ ਦੇ ਲਾਗੇ ਜਪਜੀ ਸਾਹਿਬ ਦੇ ਪਾਠ ਦੀ ਲੜੀ ਚੱਲੇ ਤਾਂ ਇਹ ਬਿਲਕੁਲ ਮਨਮਤਾ ਰਹਿਤ ਮਰਿਆਦਾ ਗੁਰਮਤ ਦਾ ਵਿਧਾਨ ਇਹ ਗੱਲਾਂ ਦੀ ਬਿਲਕੁਲ ਇਜਾਜ਼ਤ ਨਹੀਂ ਦਿੰਦਾ। ਤਾਂ ਮੈਂ ਉਮੀਦ ਕਰਦਾ ਹਾਂ ਜਿਹੜੀਆਂ ਸਿੱਖ ਸੰਗਤਾਂ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੀਆਂ ਹਨ ਉਹਨਾਂ ਨੂੰ ਇਹ ਗੱਲ ਜ਼ਰੂਰ ਸਮਝ ਵਿੱਚ ਆਈ ਹੋਵੇਗੀ ਵੀ ਜਦੋਂ ਅਖੰਡ ਪਾਠ ਪ੍ਰਕਾਸ਼ ਕੀਤਾ ਜਾਵੇ ਉਹਦੇ ਲਾਗੇ ਜਪਜੀ ਸਾਹਿਬ ਦੀ ਬਾਣੀ ਦੇ ਪਾਠ ਦੀ ਲੜੀ ਨਹੀਂ ਪ੍ਰਕਾਸ਼ ਕਰਨੀ ਚਾਹੀਦੀ, ਕਿਉਂਕਿ ਇਹ ਸਭ ਕੁਝ ਮਨ ਮਤ ਹੈ। ਤੋ ਸਤਸੰਗ, ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਜਿਹੜੀਆਂ ਸਿੱਖ ਸੰਗਤਾਂ ਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਉਹ ਸਿੱਖ ਸੰਗਤਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਲਾਈਕ ਕਰਨਾ ਨਾ ਭੁੱਲਿਓ, ਅਤੇ ਵੱਧ ਤੋਂ ਵੱਧ ਸਤਸੰਗ ਮੈਂ ਬੇਨਤੀ ਕਰਾਂ ਹੋਰਨਾਂ ਸਿੱਖ ਸੰਗਤਾਂ ਨਾਲ ਵੀ ਸਤਸੰਗ ਇਹ ਜਾਣਕਾਰੀ ਸ਼ੇਅਰ ਕਰਨਾ ਜਿਹੜੀ ਆ ਉਹ ਨਾ ਭੁੱਲਿਓ। ਵਟਸਐਪ ਦੇ ਥਰੂ, ਫੇਸਬੁੱਕ ਦੇ ਥਰੂ ਵੱਧ ਤੋਂ ਵੱਧ ਸਿੱਖ ਸੰਗਤਾਂ ਨਾਲ ਜ਼ਰੂਰ ਸ਼ੇਅਰ ਕਰੋ, ਅਤੇ ਜਿਹੜੀਆਂ ਸਿੱਖ ਸੰਗਤਾਂ ਨੇ ਹਾਲੇ ਤੀਕਰ ਆਓ ਗੁਰਬਾਣੀ ਸਿੱਖੀਏ
ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਸਿੱਖ ਸੰਗਤਾਂ ਨੂੰ ਬੇਨਤੀ ਵੀ ਇਹ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਿਊ ਅਪਡੇਟ ਵਾਸਤੇ ਸਾਧ ਸੰਗਤ ਬੈੱਲ ਲਿੰਕਨ ਦੇ ਨਿਸ਼ਾਨ ਆਲ ਦੇ ਉੱਤੇ ਕਲਿੱਕ ਕਰਨਾ ਵੀ ਨਾ ਭੁੱਲਿਓ। ਤੋ ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।